ਐਸਐਚਓ ਦੀ ਗੁੰਡਾਗਰਦੀ ਨੂੰ ਲੈ ਕੇ ਹੁਣ ਡੀਐਸਪੀ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਡੀਐਸਪੀ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਸੰਗਰੂਰ ਦੇ ਹੀ ਐਸਐਚਓ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ। ਸੜਕ ਵਿਚਾਲੇ ਮੁੰਡਿਆਂ ਨੂੰ ਚਪੇੜਾਂ ਮਾਰੀਆਂ ਗਈਆਂ ਸਨ, ਲੱਤਾਂ ਮਾਰੀਆਂ ਗਈਆਂ ਸਨ, ਪੈਰ ਨਾਲ ਪੈਰ ਨੱਪ ਕੇ ਥੱਪੜ ਮਾਰੇ ਗਏ ਸਨ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਸੀ। ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਐਸਐਚਓ ਦੇ ਵੱਲੋਂ ਅਜਿਹੀ ਗੁੰਡਾਗਰਦੀ ਕਿਉਂ ਕੀਤੀ ਗਈ ਹੈ। ਕਾਨੂੰਨ ਦੇ ਰਖਵਾਲੇ, ਲੋਕਾਂ ਦੇ ਰਖਵਾਲੇ, ਲੋਕਾਂ ਤੇ ਹੀ ਕਿਉਂ ਜ਼ੁਲਮ ਕਰ ਰਹੇ ਨੇ? ਇਸ ਨੂੰ ਲੈ ਕੇ ਡੀਐਸਪੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਧਿਆਨ 'ਚ ਵੀਡੀਓ ਆ ਚੁੱਕੀ ਹੈ ਤੇ ਜੋ ਵੀ ਮੁਲਜ਼ਮ ਹੋਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਐਸਐਚਓ ਦੇ ਵੱਲੋਂ ਗੁੰਡਾਗਰਦੀ ਕਰਦਿਆਂ ਹੀ ਕਿਹਾ ਗਿਆ ਸੀ ਕਿ ਇੱਕੋ ਬਾਈਕ ਤੇ 4 ਮੁੰਡੇ ਸਵਾਰ ਸਨ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਬਦਤਮੀਜ਼ੀ ਕੀਤੀ ਤਾਂ ਐਸਐਚਓ ਦੇ ਵੱਲੋਂ ਉਹਨਾਂ ਨੂੰ ਚਪੇੜਾਂ ਮਾਰੀਆਂ ਗਈਆਂ। ਪਰ ਇਹ ਕਿੱਥੋਂ ਤੱਕ ਸਹੀ ਹੈ, ਇਹ ਸਵਾਲ ਖੜੇ ਹੋ ਰਹੇ ਸਨ ਜਿਸ ਨੂੰ ਲੈ ਕੇ ਹੁਣ ਇਹ ਮਾਮਲਾ ਡੀਐਸਪੀ ਦੇ ਧਿਆਨ ਵਿੱਚ ਵੀ ਹੈ ਤੇ ਡੀਐਸਪੀ ਨੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਗੱਲ ਆਖੀ ਹੈ ਉਹ ਤੁਸੀਂ ਆਪ ਸੁਣ ਲਓ। ਮੈਂ ਵੀਡੀਓ ਹੀ ਦੇਖੀ ਹੈ, ਬੇਸਿਕਲੀ ਕਿਸੇ ਨੇ ਨਾ ਤਾਂ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਮੇਰੇ ਧਿਆਨ 'ਚ ਲਿਆਂਦਾ। ਵੀਡੀਓ ਦੇਖੀ ਹੈ ਮੈਂ, ਇਹਦੀ ਮੈਂ ਪੜਤਾਲ ਕਰਾਂਗਾ। ਪੜਤਾਲ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਸਐਚਓ ਦੀ ਗੁੰਡਾਗਰਦੀ ਨੂੰ ਲੈ ਕੇ ਹੁਣ ਡੀਐਸਪੀ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਡੀਐਸਪੀ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਸੰਗਰੂਰ ਦੇ ਹੀ ਐਸਐਚਓ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ। ਸੜਕ ਵਿਚਾਲੇ ਮੁੰਡਿਆਂ ਨੂੰ ਚਪੇੜਾਂ ਮਾਰੀਆਂ ਗਈਆਂ ਸਨ, ਲੱਤਾਂ ਮਾਰੀਆਂ ਗਈਆਂ ਸਨ, ਪੈਰ ਨਾਲ ਪੈਰ ਨੱਪ ਕੇ ਥੱਪੜ ਮਾਰੇ ਗਏ ਸਨ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਸੀ। ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਐਸਐਚਓ ਦੇ ਵੱਲੋਂ ਅਜਿਹੀ ਗੁੰਡਾਗਰਦੀ ਕਿਉਂ ਕੀਤੀ ਗਈ ਹੈ। ਕਾਨੂੰਨ ਦੇ ਰਖਵਾਲੇ, ਲੋਕਾਂ ਦੇ ਰਖਵਾਲੇ, ਲੋਕਾਂ ਤੇ ਹੀ ਕਿਉਂ ਜ਼ੁਲਮ ਕਰ ਰਹੇ ਨੇ? ਇਸ ਨੂੰ ਲੈ ਕੇ ਡੀਐਸਪੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਧਿਆਨ 'ਚ ਵੀਡੀਓ ਆ ਚੁੱਕੀ ਹੈ ਤੇ ਜੋ ਵੀ ਮੁਲਜ਼ਮ ਹੋਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਐਸਐਚਓ ਦੇ ਵੱਲੋਂ ਗੁੰਡਾਗਰਦੀ ਕਰਦਿਆਂ ਹੀ ਕਿਹਾ ਗਿਆ ਸੀ ਕਿ ਇੱਕੋ ਬਾਈਕ ਤੇ 4 ਮੁੰਡੇ ਸਵਾਰ ਸਨ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਬਦਤਮੀਜ਼ੀ ਕੀਤੀ ਤਾਂ ਐਸਐਚਓ ਦੇ ਵੱਲੋਂ ਉਹਨਾਂ ਨੂੰ ਚਪੇੜਾਂ ਮਾਰੀਆਂ ਗਈਆਂ। ਪਰ ਇਹ ਕਿੱਥੋਂ ਤੱਕ ਸਹੀ ਹੈ, ਇਹ ਸਵਾਲ ਖੜੇ ਹੋ ਰਹੇ ਸਨ ਜਿਸ ਨੂੰ ਲੈ ਕੇ ਹੁਣ ਇਹ ਮਾਮਲਾ ਡੀਐਸਪੀ ਦੇ ਧਿਆਨ ਵਿੱਚ ਵੀ ਹੈ ਤੇ ਡੀਐਸਪੀ ਨੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਗੱਲ ਆਖੀ ਹੈ ਉਹ ਤੁਸੀਂ ਆਪ ਸੁਣ ਲਓ। ਮੈਂ ਵੀਡੀਓ ਹੀ ਦੇਖੀ ਹੈ, ਬੇਸਿਕਲੀ ਕਿਸੇ ਨੇ ਨਾ ਤਾਂ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਮੇਰੇ ਧਿਆਨ 'ਚ ਲਿਆਂਦਾ। ਵੀਡੀਓ ਦੇਖੀ ਹੈ ਮੈਂ, ਇਹਦੀ ਮੈਂ ਪੜਤਾਲ ਕਰਾਂਗਾ। ਪੜਤਾਲ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਸਐਚਓ ਦੀ ਗੁੰਡਾਗਰਦੀ ਨੂੰ ਲੈ ਕੇ ਹੁਣ ਡੀਐਸਪੀ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਡੀਐਸਪੀ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਸੰਗਰੂਰ ਦੇ ਹੀ ਐਸਐਚਓ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ। ਸੜਕ ਵਿਚਾਲੇ ਮੁੰਡਿਆਂ ਨੂੰ ਚਪੇੜਾਂ ਮਾਰੀਆਂ ਗਈਆਂ ਸਨ, ਲੱਤਾਂ ਮਾਰੀਆਂ ਗਈਆਂ ਸਨ, ਪੈਰ ਨਾਲ ਪੈਰ ਨੱਪ ਕੇ ਥੱਪੜ ਮਾਰੇ ਗਏ ਸਨ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਸੀ। ਵੱਡੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਐਸਐਚਓ ਦੇ ਵੱਲੋਂ ਅਜਿਹੀ ਗੁੰਡਾਗਰਦੀ ਕਿਉਂ ਕੀਤੀ ਗਈ ਹੈ। ਕਾਨੂੰਨ ਦੇ ਰਖਵਾਲੇ, ਲੋਕਾਂ ਦੇ ਰਖਵਾਲੇ, ਲੋਕਾਂ ਤੇ ਹੀ ਕਿਉਂ ਜ਼ੁਲਮ ਕਰ ਰਹੇ ਨੇ? ਇਸ ਨੂੰ ਲੈ ਕੇ ਡੀਐਸਪੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਦੇ ਧਿਆਨ 'ਚ ਵੀਡੀਓ ਆ ਚੁੱਕੀ ਹੈ ਤੇ ਜੋ ਵੀ ਮੁਲਜ਼ਮ ਹੋਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਇੱਥੇ ਐਸਐਚਓ ਦੇ ਵੱਲੋਂ ਗੁੰਡਾਗਰਦੀ ਕਰਦਿਆਂ ਹੀ ਕਿਹਾ ਗਿਆ ਸੀ ਕਿ ਇੱਕੋ ਬਾਈਕ ਤੇ 4 ਮੁੰਡੇ ਸਵਾਰ ਸਨ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਨੇ ਬਦਤਮੀਜ਼ੀ ਕੀਤੀ ਤਾਂ ਐਸਐਚਓ ਦੇ ਵੱਲੋਂ ਉਹਨਾਂ ਨੂੰ ਚਪੇੜਾਂ ਮਾਰੀਆਂ ਗਈਆਂ। ਪਰ ਇਹ ਕਿੱਥੋਂ ਤੱਕ ਸਹੀ ਹੈ, ਇਹ ਸਵਾਲ ਖੜੇ ਹੋ ਰਹੇ ਸਨ ਜਿਸ ਨੂੰ ਲੈ ਕੇ ਹੁਣ ਇਹ ਮਾਮਲਾ ਡੀਐਸਪੀ ਦੇ ਧਿਆਨ ਵਿੱਚ ਵੀ ਹੈ ਤੇ ਡੀਐਸਪੀ ਨੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਗੱਲ ਆਖੀ ਹੈ ਉਹ ਤੁਸੀਂ ਆਪ ਸੁਣ ਲਓ। ਮੈਂ ਵੀਡੀਓ ਹੀ ਦੇਖੀ ਹੈ, ਬੇਸਿਕਲੀ ਕਿਸੇ ਨੇ ਨਾ ਤਾਂ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਮੇਰੇ ਧਿਆਨ 'ਚ ਲਿਆਂਦਾ। ਵੀਡੀਓ ਦੇਖੀ ਹੈ ਮੈਂ, ਇਹਦੀ ਮੈਂ ਪੜਤਾਲ ਕਰਾਂਗਾ।
ਪੜਤਾਲ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।